بسم اللہ الرحمن الرحیم السلام علیکم کیسے ہیں جی آپ سب ہوفلی سب ٹھیک ٹھاک اللہ پاک کے فضل کرم سے علی تک میں صحت یاد نہیں مارے السلام علیکم جی کیسے ہو بہن پائیو ناشتہ کر لے چنگا کیتا ਅਲ ਫਜਰ ਤੋਂ ਬਾਅਦ ਪਹਿਲਾ ਦਿਨ ਸ਼ਾਇਦ ਜੀ ਤੋਂ ਹੋਏ ਨਹੀਂ ਸੀ ਮੈਂ ਸੁੱਤੀ ਰਹਾਂ ਮੇਰਾ ਜ਼ਿਹਨ ਨਾ ਸੋਵੇ ਤੇ ਮੈਂ ਫਰੈਸ਼ ਨਹੀਂ ਹੁੰਦੀ ਕੱਲ ਮੈਂ ਬਾਜ਼ਾਰ ਗਈ ਮੈਂ ਥੱਕੀ ਟੁੱਟੀ ਪਈ ਸੀ ਫੇਰ ਆ ਕੇ ਮੈਂ ਇੰਨੇ ਕੰਮ ਕੀਤੇ ਇੰਨੇ ਕੀਤੇ ਇੱਕ ਮੈਨੂੰ ਅਜੀ ਡੰਡੇ ਨਾਲ ਵਾਕ ਕਰਾਉਂਦੇ ਆ ਮੈਂ ਅੱਗੇ ਅੱਗੇ ਪਿੱਛੇ ਵਿਛੇ ਲਈ ਤੇ ਹੱਥ ਚੱਡੀ ਪੈਰਾਂ ਤੇ ਪੈਰ ਵੀ ਰੱਖਣਾ ਤੇ ਫਿਰ ਜੇ ਮੈਂ ਤੇਜ਼ ਨਾ ਤੂੰ ਨਾ ਪੰਜ ਚੱਕਰ ਕੋਠੀ ਵਾਲੇ ਕੋਲੇ ਕੱਢ ਲਈ ਮੈਨੂੰ ਕਹਿੰਦੇ ਮੋਟੀ ਹੁੰਦੀ ਜਾਨੀਆ ਤੂੰ ਹੈਂ ਮੋਟੀ ਮੇਰੀ ਕੱਲ ਵਾਲੇ ਵਲੌਗ ਵਿੱਚ ਬਲਕਿ ਕੱਲ ਵਾਲੇ ਨਹੀਂ ਹੋ ਤਾਂ ਕੱਲ ਤੇ ਮੈਂ ਅਪਲੋਡਿੰਗ ਕੀਤਾ ਅ ਪਿਛਲੇ ਵਲੌਗ ਵਿੱਚ ਨਾ ਛੇੜ ਨਾ ਛੇੜ ਲੈ ਦੇਖ ਲਈ ਗਾ ਸੁਣ ਘਰ ਤੇ ਵੇ ਸ਼ੁਕਰ ਫੋਨ ਲੱਗੇ ਜਦੋਂ ਬੰਦਾ ਰੁੱਸੇ ਉਹਦਾ ਕਦੇ ਆਈ ਲਵ ਯੂ ਅ ਪਿਛਲੇ ਵਲੌਗ ਵਿੱਚ ਮੈਂ ਪਾਰਸਲ ਮੰਗਵਾਏ ਸਨ ਤੇ ਕਲਿੱਪਸ ਮੰਗਵਾਏ ਸਨ ਤੇ ਹੁਣ ਉਹਨਾਂ ਕਲਿੱਪਾਂ ਨੂੰ ਜਿਹੜਾ ਉਹ ਇਸਤੇਮਾਲ ਕਰਕੇ ਤੁਹਾਨੂੰ ਮਖਾਨੇ ਗਾਇਸ ਭੈਣ ਭਾਈਓ ਮੇਰੀਆਂ ਭੈਣਾਂ ਉਹ ਦੇਖ ਲਓ ਮੈਂ ਲਈ ਫੋਨ ਦੇ ਰਹੀਆਂ ਤਾਂ ਐਕਸਪੈਕਟ ਨਹੀਂ ਕਰਦੇ ਬਸ ਠੀਕ ਕੀਤੇ ਨੇ ਐਕਸਪੈਕਟਿਵ ਫੋਨ ਫੜ ਦੋ ਕੋਈ ਨਹੀਂ ਕੇਰ ਉਹ ਤੇਰੇ ਤੇ ਲੱਗੇ ਨੇ ਪਹਿਲਾਂ ਮੈਂ ਅੰਦਰੋਂ ਲੈ ਕੇ ਆਂ ਕਲਿੱਪ ਫਿਰ ਜੈਸੇ ਨੂੰ ਲਈਦੇ ਹੈ ਨਹੀਂ ਨਹੀਂ ਉਹਨਾ ਬਸ ਜਿਹੜੇ ਕੱਲ ਮੰਗਵਾਏ ਸਨ ਚੜੀ ਫਿਰ ਸਰ ਆਪਣੇ ਉਜ਼ਾਰ ਫਿਰ ਲੈ ਆਓ ਫਟਾਫਟ ਫਿਰ ਮੈਂ ਦੁੱਧ ਲੈ ਕੇ ਆਂਦੀ ਅਲੀ ਹਲਕੀ ਹਲਕੀ ਧੁੰਦ ਪੈਣਾ ਸ਼ੁਰੂ ਹੋ ਗਈ ਹੈ ਕੁਕੀ ਦੀ ਆਵਾਜ਼ ਸੁਣੋ ਸਵੇਰ ਸਵੇਰ ਪੰਛੀਆਂ ਦੀਆਂ ਆਵਾਜ਼ਾਂ ਦੇਖਦੇ ਹਾਂ ਜੀ ਇਹ ਕੀ ਕਰਨ ਲੱਗੇ ਆ ہے پیار جی میرا پیار علی نے ایک ایکسپیکٹ نہیں کیتا میں سوٹ تھا سلے پھر کوئی نہیں پیسے نہیں سی لگے دوبارہ توڑ لاں گے اینی وڈی ڈانگ موٹی چیز سیڈ نیچے لاؤ موٹی سیڈ کلیپ نہیں نہیں آنے تھے پھر تھا ڈانڈ ڈانڈ ہے لجو جی تو نیری نوری آئی کٹر لگیا ਚਲੋ ਕੱਟ ਲਿਓ ਅੱਛਾ ਜੀ ਅਸੀਂ ਇਹਨੂੰ ਨਾ ਕੈਂਚੀ ਨਾਲ ਉਹ ਖਵਾੜੀ ਨਾਲ ਕੱਟ ਕੇ ਲੈ ਕੇ ਆਏ ਹੁਣ ਦੇਖਦੇ ਹਾਂ ਕਿ ਕੀ ਹਾਲ ਆ ਪੈਸਾ ਪੂਰਾ ਹੁੰਦਾ ਕਿ ਪੈਸਾ ਖਰਾਬ ਹੁੰਦਾ ਜਿਹੜਾ ਲਾਇਆ ਇਹਨਾਂ ਨੇ ਸੋਟੀ ਖੜੀ ਨਾਲ ਕਰਕੇ ਲਾਓ ਨਾ ਸਿੱਧਾ ਰਵੇ ਟਣਾ ਆਏ ਕੀ ਬਾਤ ਆ ਕੀ ਬਾਤ ਸੋਟੀ ਨੂੰ ਪਤਲੀ ਲੈਣੀ ਪਵੇ ਨਾ ਨਾ ਇਹ ਖੁੱਲਾ ਵੱਡਾ ਨਹੀਂ ਹੁੰਦਾ ਜੋ ਗਾੜੀ ਆਲੀ ਪਤਾ ਨਹੀਂ ਕਿੱਥੋਂ ਕਿੱਥੋਂ ਦੇਖਦੇ ਰਹਿੰਦੇ ਆ ਸਾਨੂੰ ਜੀ ਕੋਈ ਪਤਾ ਨਹੀਂ ਕੋਈ ਵੀ ਕੰਮ ਕਰਨ ਵਸੇ ਨਾ ਹਾਂ ਲੋ ਕੱਲ ਚਾਹੀਦੀ ਨਹੀਂ ਕੀ ਜਿਹੜੀ ਮੈਂ ਤੁਹਾਨੂੰ ਮਰਨਾ ਰਹਿ ਰਹਾ ਕਿ ਤੁਸੀਂ ਕਲਮੰਦ ਹੋ ਗਏ ਆ ਬੜੀ ਗਲਤੀ ਕੀਤੀ ਜੱਲਾ ਮੇਰਾ ਬੜੀਆਂ ਹੀ ਕਰਦੀ ਆ ਕਿਸ ਨੂੰ ਸਮਝ ਆਵੇ ਚਾਹੇ ਨਾ ਆਵੇ ਅੱਛਾ ਜੀ ਐਵੇਂ ਚਪਕਾ ਦੇਣੇ ਆ ਐਵੇਂ ਫਿਰ ਇੱਥੋਂ ਐਵੇਂ ਚਲੋ ਜੀ ਅਲੀ ਇੱਥੋਂ ਤਾਂ ਕੋ ਬਣਿਆ ਨਿਕਲਿਆ ਆਵੇ ਇਹ ਤਾਂ ਸੁੱਕਾ ਵਦ ਰਖਤ ਇਹ ਥੱਲੇ ਵੀ ਇਤਨਾ ਰਹਿੰਦਾ ਹਾਂ ਦਾ ਇਹ ਚਾ ਵੀ ਲਾ ਦੋ ਇੱਕ ਜੜ ਨਾ ਹਿਲ ਜੇ ਨਹੀਂ ਜੜ ਜਾਉਗੀ ਇਹ ਕੁੱਬਾ ਵਾ ਨਮ ਚੱਕ ਪਈ ਹੁੰਦੀ ਹੈ ਦਰਖਤ ਨੂੰ ਦੂਸਰੀਆਂ ਟੈਂਡੀਆਂ ਨਾਲ ਹੀ ਰਹਿਣੀਆਂ ਕਿ ਉਹ ਵੀ ਨਾਲ ਚਪਕਾਣੀ ਇਹਦਾ ਕਿਸ ਤਰ੍ਹਾਂ ਕਾਬਾ ਵੀ ਬਣਾ ਕੇ ਦਊ ਤੁਹਾਨੂੰ ਮੈਂ ਇਹ ਨੇਰੀਆਂ ਕਿਤੇ ਜਾਉ ਤਾਂ ਨਾ ਨੇਰੀਆਂ ਦਾ ਹੁਣ ਮੌਸਮ ਹੀ ਨਹੀਂ ਜਿੰਨੇ ਦਿੱਤੀ ਕਰਗਲਾ ਸਾਲ ਆਉਣਾ ਵਾ ਨੇਰਨਾ ਮਜ਼ਬੂਤ ਹੋਣਾ ਫਿਰ ਉਦੋਂ ਤੱਕ ਮਜ਼ਬੂਤ ਹੋ ਜਾਣਾ ਵਾ ਤੇ ਇੱਥੇ ਕੀ ਲਾਇਆ ਵਾ ਇੱਥੇ ਲਾਣਾ ਹੈ ਅੱਛਾ ਤੇ ਬੀਜ ਭਾਜੀ ਘਰ ਲਿਆਏ ਨਾ ਲਾਉ ਬੈ ਕੰਨੇ ਨਹੀਂ ਕੁਛ ਨਹੀਂ ਅੱਛਾ ਇਹ ਬਸ ਹੈ ਕਿੜੀ ਸ਼ਾਦਾ ਦਰਖਤ ਚੀਕੂ ਐ ਤੇ ਚੀਕੂ ਲੱਗਾ ਹੋਇਆ ਨਹੀਂ ਆ ਦੇਖੋ ਆ ਦੇਖੋ ਲੱਗਾ ਹੋਇਆ ਦੋ ਲੱਗੇ ਹੋਇਆ ਮੁਬਾਰਕਾਂ ਇਹ ਦੇਖੋ ਇਹ ਦੇਖੋ ਲੱਗਾ ਹੋਇਆ ਅਲੀ ਨਖਾਨੀਆਂ ਵਾਲੀ ਕਲੰਪ ਜਿਆ ਕਾਸ ਲੈਣ ਟੁੱਟ ਗਿਆ ਦੋ ਹੀ ਭੜੇ ਅਲੀ ਨਾਲਾ ਬਹੁਤ ਹਾਂ ਇੱਥੇ ਉੱਤੇ ਲਾ ਦਿਓ ਲੀਨ ਮੈਂ ਦਿਖਾਨੀਆ ਚੀਕੂ ਲੱਗਾ ਹੋਇਆ ਲੀਨ ਮੈਂ ਤੁਹਾਨੂੰ ਚੀਕੂ ਦਿਖਾਇਆ ਹੁਣ ਤੁਹਾਡੇ ਸਰ 1000 ਰੁਪਈਆ ਕੋਈ ਸ਼ਾਇਦ ਦਿਖਾਈਏ ਨਾ ਫਿਰ 1000 ਰੁਪਈਆ ਹੁੰਦਾ ਹੁੰਦਾ ਅਲੀਆ ਵੇਖੋ ਹੂੰ ਫੋਲ ਇਹ ਫੋਲ ਤੇ ਫੋਲ ਦੇ گا ਵਿੱਚ ਚੀਕੂ ਨਹੀਂ ਬਣਨਾ ਔਰ ਆਦੇ ਵਾਲੇ ਦੁਆਲੇ ਵੀ ਕਰ ਦੋ ਚਲ ਠੀਕ ਹੋ ਗਿਆ ਜ਼ਬਰਦਸਤ ਹੋ ਗਿਆ ਬਸ ਬਸ ਉਧਰ ਤਾਂ ਕਿਤੇ ਜ਼ਰੂਰਤ ਹੀ ਨਹੀਂ ਹੈ ਉਹ ਬੋਦੇ ਦੀ ਵੀ ਕਟਾਈ ਕਰਿਆ ਜਲੀ ਨੂੰ ਕਟਰ ਵੀ ਆਂਦਾ ਉਹ ਕਿੱਡਾ ਸੋਹਣਾ ਲੱਗਦਾ ਇਹ ਵਾਲਾ ਪੌਦਾ ਤੇ ਉਹਦੀ ਵੀ ਕਰਿਆ ਜੇ ਇਹ ਕਿਉਂ ਗਿਆ ਹੋਇਆ ਕੋਲ ਆਹ ਮਦੇ ਨਾਲ ਮੈਂ ਜਾਵਾਂ ਹੁਣ ਮੈਂ ਦੁੱਧ ਲਿਆਵਾਂ ਦੁੱਧ ਤੇ ਪੈਸੇ ਦਿਓ ਦੇ ਕੇ ਆਵਾਂ ਨਹੀਂ ਪੈਸੇ ਆ ਨਹੀਂ ਮੈਂ ਆ ਤੁਸੀਂ ਕੱਢ ਕੇ ਦੋਗੇ ਤਾਂ ਮੈਂ ਲੈ ਕੇ ਜਾਣੇ ਹੁਣ ਕੀ ਹੋ ਗਿਆ ਨਹੀਂ ਕੰਮ ਪਸੰਦ ਆ ਤੇ ਫੇਰ ਬਸ ਕੋਲ ਨਾ ਆ ਜਾ ਸਵੇਰ ਸਵੇਰ ਪੰਛੀ ਜੀ ਤਾਰਾਂ ਤੇ ਬੈਠੇ ਇਹ ਮੇਰਾ ਚੀਕੂ ਦਾ ਪੌਦਾ ਜੋ ਹੈ ਨਾ ਬਿਲਕੁਲ ਲੰਮਲੇਟ ਹੋਆ ਪੜਾਤਾ تو ادھر سے اس کا تنا جو ہے نا وہ ٹیڑا ہو جانا تھا تو یہ میں نے کلپ دیکھے تھے آن لائن منگوائے ہیں کوئی مہنگے نہیں یہ میرے خیال کے پانچ چھے سو کا پیکٹ آیا اور اس میں کافی سارے ہیں تو یہ بعد میں بھی استعمال ہو جائیں گے اس طرح کی چھوٹی چھوٹی چیزیں جو ہے نا میں دیکھتا رہتا ہوں یہ چھڑی کھرلی میں پڑی تھی اس کو کاٹا اور یہ بھائی بالکل زبردست کام ہو گیا اب یہ چیز کا پودا بالکل سیدھا جائے گا اسی کی بات صبح صبح کہ میرا یہ کٹر یہ کوئی ساڑھے چار سو کا میں نے بازار سے لیا تھا خراب ہو گیا تھا بالکل سٹک ہو گیا تھا لیکن میں نے اس کو ٹھیک کر لیا ہے یہ خراب ہو گیا تو میں نے آن لائن آرڈر کیا وہ کوئی میرا خیال ہے ستارہ اٹھارہ سو کا مجھے پڑا لیکن وہ ایک الگ چیز ہے الگ کلاس ہے اس کی یہ لوکل مال ہے لیکن یہ ابھی کام دے گا تو اس کے ساتھ میں نے نا کچھ کام کرنے آپ کے ساتھ شیئر کرتا ہوں یہ جو ہمارا کھیت ہے آپ موسم قریب آتا جا رہا ہے سبزی کا گندم کا تو ابھی لیٹ ہے لیکن یہ جو کھیت ہے نا اس کو ہم نے یکموش تھی ہل چلا دینا ہے ہل کیا چلانا ہے اس میں روٹا بیٹر چلائیں گے اور سبزی والی جگہ تیار کریں گے وہ وہاں سبزی لگانی ہے یہ جو پودا ہے نا درخت ہے اس کا مورنگا کا اس کے ساتھ لہسن لگانا ہے میتھی پالک دھنیا یہ وہ سارا کچھ تو اس میں روٹا بیٹر چلائیں گے اور سبزی والی جگہ تیار کر کے باقی جو جگہ یہ ایسی پڑی رہے گی جب گندم کی رونی کرنی ہوئی نا تو پھر ہم اس میں دوسری کلٹی کی دور وغیرہ کر کے یہ ساری صفائی کر کے بنوں کی تو پھر اس میں ہم گندم کاشت کریں گے لیکن فی الحال میں جو ہے نا اس کے ساتھ اس کی حجامت کر لوں میں کوشش کرتا ہوں ہر بار کہ اس کی جو ٹہنیاں ہیں نا یہ اوپر پھیلیں لیکن یہ پھر نیچے سے دوبارہ شروع ہو جاتی دوبارہ یہ نا ہو جاتی ہیں ٹہنیاں تو میں نیچے سے اس کی صفائی کرتا ہی رہتا ہوں اوپر بھی بہت زیادہ پھیل گئی ہے لیکن یہ نیچے جو ہے نا اس کی شاخیں نکلتی رہتی ہیں انگور کی بیل نیچے سے بالکل صاف کر دی اور یہ ٹالی بھی ماشاء اللہ نیچے سے صاف ستھری کر دی یہ دیکھیں کیسے تیزی سے اوپر گرو کر رہی ہے یہ انگور کی بیل ٹالی کے درخت پہ تو جانوروں کی پرندوں کی موجیں اور یہ کرنے کے بعد اس طرح نا میں نے یہ سارے باغ کی نیچے سے ٹہنیاں جو نیچے ہیں نا پھر گوڑی کرنی آسان ہوتی ہے تو خود تو نہیں کرتے گوڑی مزدور بھائیوں سے کروا لیتے ہیں لیکن پھر ان کے لیے بھی آسانی ہوتی ہے اس طرح کی جو نیچے والی ٹہنیاں نا ان کو میں نے کر لینا ہے کٹائی کر لینا ہے اس کی مدد سے آج تو یہ بڑی بڑے زبردست طریقے سے چل رہے ہیں یہ پودا دیکھیں اس کے نیچے سے میں نے نا یہ ٹہنیاں کاٹی ہیں اور نیچے سے کتنا خوبصورت لگ رہا ہے اتنی ٹہنیاں نکلیں اور یہ بھی ਇਸੀ ਤਰ੍ਹਾਂ ਇਹ ਸਾਰੇ ਕਟਰ ਕੀ ਬੰਦਸੇ ਨੇ ਇਹ ਸਾਰੀ ਸਫਾਈ ਕਰ ਲੈਣੀ ਇਹ ਦੇਖੇ ਅਸਲਾਮੁਅਲੈਕਮ ਸਬਕੋ ਖੈਰ ਸੂਬੋ ਸੂਬੋ ਦਾ ਟਾਈਮ ਨਾਸ਼ਤਾ ਹਲਕਾ ਵੀ ਕਰ ਕੀਤਾ ਅਸੀਂ ਆਪਣੇ ਟਾਈਮ ਦੇ ਲਿਹਾਜ਼ ਨਾਲ ਬਾਹਰ ਨਿਕਲਨੇ ਮੈਂ ਤਾਂ ਵੇਲੇ ਫਜਰ ਤੋਂ ਬਸ ਆਉਂਦਾ ਹੀ ਨਹੀਂ ਲੇਕਿਨ ਜਿਹੜਾ ਸਾਡਾ ਪੁਰਾਣਾ ਟਾਈਮ ਸੀ ਉਸ ਟਾਈਮ ਤੇ ਬਾਹਰ ਨਿਕਲੀਏ ਤੇ ਬਾਹਰ ਹਲੇ ਹਨੇਰਾ ਹੀ ਹੁੰਦਾ ਲੈ ਕੇ ਸਾਨੂੰ ਸਵੇਰ ਸਵੇਰ ਉੱਠਣਾ ਬੜਾ ਮਜ਼ਾ ਆਉਂਦਾ ਫਿਰ ਆ ਕੇ ਅੰਦਰੋਂ ਤੇ ਇੱਥੇ ਖਲੋ ਕੇ ਅਜੀ ਤਸ ਨਾਸ਼ਤਾ ਪਾਸੇ ਦੇਖਣ ਦਾ ਬੜਾ ਮਜ਼ਾ ਨਾਸ਼ਤਾ ਵੀ ਟਾਈਮ ਨਾ ਕਰ ਲਿਆ ਤੇ ਮੇਰਾ ਇਹ ਫੁੱਲ ਕੁੱਚਾ ਸਦਾਰੀ ਆ ਹਮ ਇਹ ਫਲਾ ਫੁੱਲ ਪਸੰਦ ਨਹੀਂ ਤੁਹਾਨੂੰ ਹਮ ਨਹੀਂ ਫੁੱਲ ਤੇ ਸੋਨੇ ਨਿਕਲਦੇ ਨਹੀਂ ਹਮ ਤਾਂ ਫਿਰ ਕੀ ਪਸੰਦ ਆ ਨਹੀਂ ਬੂਟਾ ਵੱਡਾ ਹੋ ਗਿਆ ਤੇ ਸੋਨਾ ਹੋ ਗਈ ਦੇਖ ਲਾਂਗੇ ਅੱਛਾ ਜੀ ਕੱਲ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਅਲੀ ਭਾਈ ਤੁਸੀਂ ਸਵੇਰ ਸਵੇਰ ਨਾ ਕਾ ਦੇ ਉੱਤੇ ਟੁਰਿਆ ਕਰੋ ਨਗੇ ਪਾ ਤੇ ਵਾਕਿ ਉਹਦਾ ਫਾਇਦਾ ਵੀ ਬਹੁਤ ਸਵੇਰ ਸਵੇਰ ਚਲੋ ਲਾਓ ਫੁੱਟ ਤੇ ਤੁਰੋ ਮੈਂ ਕਿਤੇ ਬੰਦਾ ਲੱਜਾ ਪੀਚੜ ਗਈ ਜਿੱਦਾਂ ਤੁਸੀਂ ਮੈਨੂੰ ਅੱਜ ਜੀ ਸ਼ਾਮੀ ਤੁਸੀਂ ਮੈਨੂੰ ਅਲੀ ਮੈਨੂੰ ਨਾ ਪੰਜ ਚੱਕਰ ਕੋਠੀ ਦੇ ਵਾਲੇ ਦੁਆਲੇ ਕਰਾਉਂਦੇ ਡੰਡੇ ਦੇ ਨਾਲ ਮੇਰਾ ਅੱਗੇ ਕਿਉਂ ਛੋਟੀ ਹੱਦ ਚ ਬੜੀ ਹੁੰਦੀ ਹੈ ਪੈਰ ਰੱਖਣਾ ਫਿਰ ਇਹਨੂੰ ਮਜਬੂਰਤ ਤੇਜ਼ ਤੁਰਨਾ ਪੈਂਦਾ ਹੋਈ ਹੋਈ ਮੇਰਾ ਕੀ ਦੱਸ ਕੋਈ ਨਹੀਂ ਤੇ ਇਹ ਵੀ ਉਹ ਸੋਣਾ ਬੰਦਾ ਜੰਦਾ ਹੂੰ ਇਹ ਕਸਮ ਪੰਜ ਚੱਕਰ ਕੱਢਣੇ ਸ਼ੂਗਰ ਤੁਹਾਡੀ ਨਾ ਜਿੰਨਾ ਮਰਜ਼ੀ ਤੁਰਦੇ ਰਹੋ ਪਾਰਕ ਕਰਦੇ ਹਾਲ ਕੀ ਹਲਕੀ ਹਲਕੀ ਤ੍ਰੇਲ ਖਾਦੇ ਉੱਤੇ ਪਈ ਹੈ ਤੇ ਅਲੀ ਵਾਕ ਕਰ ਰਿਹਾ ਕਿ ਭੈਣ ਨੇ ਦੱਸਿਆ ਸੀ ਵਾਕਈ ਇਹ ਗੱਲ ਸ਼ੁਰੂ ਤੋਂ ਸੁਣਦੇ ਆਂ ਜੇਕਰ ਕਿਸੇ ਬੰਦੇ ਨੂੰ ਸ਼ੂਗਰ ਆ ਜਰਕਾਨ ਆ ਤੇ ਐਵੇਂ ਤ੍ਰੇਲ ਤੇ ਤੁਰੇ ਹਾਂ ਇਹ ਕਿਹਨੇ ਕੀ ਹਾਂ ਗਰਮੀ ਤੋਂ ਹੁੰਦਾ ਜਰਕਾਨ ਅਲੀ ਜੇ ਬਹੁਤੇ ਹੱਸੇ ਤਾਂ ਮੈਂ ਤੁਹਾਡਾ ਕੈਮਰਾ ਕੋ ਨਹੀਂ ਫੜਨਾ ਮੇਰਾ ਫੈਨ ਕੋਈਆਂ ਨਿਕਾੜਨਾ ਆ ਕਿ ਉਹਦੇ ਦਿਨ ਦੋਸਤ ਬੰਦੇ ਕੱਪੜਾ ਘਾਏ ਮੈਂ ਤੁਹਾਤੇ ਟਰਾਈ ਕਰਨੀ ਆ ਪਹਿਲੇ ਕਰਦੇ ਬੰਦੇ ਤੇ ਕਰੀਦੀਆਂ ਜੋ ਮੈਂ ਕੁਛ ਤਾਂ ਮਾਰ ਮਾਰ ਕੇ ਨਹੀਂ ਸੱਚ ਮੈਂ ਅੱਖਾਂ ਪੀਲੀਆਂ ਹੁੰਦੀਆਂ ਅਗਰ ਸ਼ੂਗਰ ਹੁਣ ਬਾਜੀ ਸਾਡੀ ਭਰਸਾ ਦੀ ਜਿਵੇਂ ਤੇ ਕੰਬਲ ਨਹੀਂ ਲੈਂਦੀ ਪੈਸ ਨਵਰਾ ਇਨੀ ਜੀ ਸਮਝ ਮਤਲਬ ਹੀਟ ਆ ਸ਼ੂਗਰ ਦੀ ਵਜ੍ਹਾ ਤੋਂ ਚਲੋ ਜੀ ਤੁਸੀਂ ਹੁਣ ਕਰ ਲਓ ਐਵੇਂ ਜੁੱਤੀ ਲਾ ਕੇ ਫਿਰਨਾ ਜੀ ਟਪ ਟਪ ਕਰਦੇ ਆ ਟਪ ਟਪ ਕਰਦੇ ਆ ਕੱਲ ਬਾਜੀ ਦੀ ਚੈੱਕ ਕਰਾਈ ਸੀ ਉਹ ਤਾਂ ਸ਼ਹਿਰੋ ਜਿੱਦਾਂ ਸੀ ਸ਼ਹਿਰ ਗਏ ਸੀ ਕੱਲ ਕੇ ਪਰਸੋ ਜਿੱਦੋਂ ਇੱਥੇ ਭਾਈ ਮਨੇਵਰ ਲੈ ਗਿਆ ਸੀ 500 ਤੇ ਸੀ ਨਾ ਤੇ ਕੱਲ ਮੈਂ ਸ਼ਹਿਰੋ ਚੈੱਕ ਕਰਵਾਈ ਤੇ 113 ਤੇ ਸੀ ਹਾਂਜੀ ਬਾਜੀ ਕਹਿੰਦੀ ਮੇਰੀ ਅੱਖਾਂ ਕੇ ਨੇਰਾ ਨੇਰਾ ਹੁੰਦਾ ਵਾ ਫਿਰ ਉਹ 슈ਗਰ ਡਾਉਨ ਸੀ ਚਲੋ ਤੁਸੀਂ ਵਾਕ ਕਰ ਲਓ ਮੈਂ ਨਾਸ਼ਤੇ ਵਾਲੇ ਬਰਤਨ ਧੋ ਲਵਾ ਠੀਕ ਹੋ ਗਿਆ ਹਾਂਜੀ ਐਵੇਂ ਚੋ ਕੀ ਚੋਕਦੇ ਫਿਰਦੇ ਆ